ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ
ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ, ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਗੁਰੂ ਦੇ ਕੀਰਤਨੀਆਂ ਪਾਸੋਂ ਤੁਸੀਂ ਕੀਰਤਨ ਦਾ ਆਨੰਦ ਮਾਣਿਆ, ਬੇਅੰਤ ਮਹਾਂਪੁਰਖਾਂ ਦੀ ਰਸਨਾ ਤੋਂ ਤੁਸੀਂ ਅਮੋਲਕ ਬਚਨ ਸਰਵਣ ਕੀਤੇ ਨੇ। ਤੋ ਆਓ ਮੈਂ ਕੀਰਤਨ ਦੀ ਪ੍ਰਾਰੰਭਤਾ ਕਰਾਂ। ਰੋਜ਼ਾਨਾ ਦੀ ਤਰ੍ਹਾਂ ਬੇਨਤੀ, ਜਿਹੜੇ 3 ਤੋਂ 4 ਔਰ ਰਾਤ ਨੂੰ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਪਰਿਵਾਰਕ ਮੈਂਬਰ ਜੁੜਦੇ ਹੋ, ਉਹਨਾਂ ਨੂੰ ਪਤਾ ਹੈ ਹਰ ਕੀਰਤਨ ਵਿੱਚ ਮੈਂ ਸ਼ੁਰੂਆਤ 'ਚ ਬੇਨਤੀ ਕਰਦਾ, ਏਡੀ ਤਗੜੀ ਭਾਵਨਾ ਨਾਲ ਬੈਠੋ। ਇੱਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਹਨੂੰ ਜਿੱਥੇ, ਏਡੀ ਤਗੜੀ ਭਾਵਨਾ ਬਣਾ ਲਓ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਬੈਠੇ ਨੇ। ਸਤਿ ਸ੍ਰੀ ਅਕਾਲ। ਏਡੀ ਤਗੜੀ ਭਾਵਨਾ ਨਾਲ ਬੈਠੋ ਕਿ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬੈਠੇ, ਤੇ ਜਿੱਥੇ ਗੁਰੂ ਰਾਮਦਾਸ ਬੈਠੇ ਹੋਣ ਬਾਬਾ ਦੀਪ ਸਿੰਘ ਜੀ ਕਿਤੇ ਦੂਰ ਨਹੀਂ ਹੁੰਦੇ, ਚਰਨਾਂ 'ਚ ਬੈਠੇ ਹੁੰਦੇ ਆ। ਤੇ ਆਓ ਤਗੜੀ ਭਾਵਨਾ ਬਣਾ ਕੇ ਵਾਹਿਗੁਰੂ ਗੁਰਮੰਤਰ ਦੇ ਜਾਪ ਤੋਂ ਆਪਾਂ ਕੀਰਤਨ ਦੀ ਪ੍ਰਾਰੰਭਤਾ ਕਰੀਏ। ਕੋਈ ਰਸਨਾ ਵੰਝੀ ਨਾ ਰਹੇ, ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ। ਜਿੱਥੇ ਜਿੱਥੇ ਵੀ ਜਗ੍ਹਾ ਮਿਲੀ ਹੈ ਥੱਲੇ ਉੱਤੇ ਗੈਲਰੀ ਵਿੱਚ ਜਾਂ ਜਿੱਥੇ ਵੀ ਬੈਠੇ ਹੋ, ਪੌੜੀਆਂ 'ਚ ਬੈਠੀ ਹੈ ਸੰਗਤ, ਜਿੱਥੇ ਜਿੱਥੇ ਵੀ ਬੈਠੇ ਸਾਰੇ ਜੁੜਿਓ ਜੀ ਪਿਆਰ ਨਾਲ। ਵਾਹਿਗੁਰੂ ਨਾਮ ਕਰਤਾ ਪੁਰਖ ਨਿਰਭਉ ਨੇ
ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਰੇ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੁਹਾਡੀ ਵਾਹ ਗੁਰੂ 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 ਵਾਹੇ ਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਜਿਹੜੀਆਂ ਦੋ ਤਿੰਨ ਅਸੀਂ ਜ਼ਰੂਰੀ ਜ਼ਰੂਰੀ ਬੇਨਤੀਆਂ ਕਰਦੇ ਹਾਂ ਸ਼ਬਦ ਪੜ੍ਹਨ ਤੋਂ ਪਹਿਲਾਂ ਉਹ ਕਰਕੇ ਆਪਾਂ ਫਿਰ ਸ਼ਬਦ ਪੜ੍ਹਾਂਗੇ ਇੱਕ ਵਾਰੀ ਪੁੱਛ ਲਾ ਲੁਧਿਆਣੇ ਵਾਲੇ ਉਹ ਕੈਮ ਹੋ ਚਲੋ ਕੈਮ ਹੋ ਮੈਂ ਰੋਜ਼ ਪਿਆਰ 'ਚ ਕਹਿੰਦਾ ਅਤੇ ਅੱਜ ਪ੍ਰੇਮ ਵਿੱਚ ਹੋਰ ਵਾਧਾ ਕਰ ਲਈਏ ਕੈਮ ਹੋ ਨਾ ਕਹੀਏ ਇੱਦਾਂ ਕਹਿ ਲਈਏ ਚੜ੍ਹਦੀ ਕਲਾ 'ਚ ਉਹ ਹੈ ਜੀ ਹਾਂ ਸ੍ਰੀ ਅਕਾਲ ਬਸ ਇਸੇ ਪ੍ਰੇਮ ਦੇ ਵਿੱਚ ਇਸੇ ਭਾਵਨਾ ਦੇ ਵਿੱਚ ਇਸੇ ਵਿਲ ਪਾਵਰ ਦੇ ਨਾਲ ਸਜਣਾ ਜਿਹੜੀਆਂ ਰੋਜ਼ ਬੇਨਤੀਆਂ ਕਰਦੇ ਹਾਂ ਪਹਿਲੀ ਬੇਨਤੀ ਸੁਣਿਆ ਕਲਾ ਕਲੇਸ਼ ਦੇ ਉੱਤੇ ਜਿੱਤ ਪਾਉਣ ਲਈ ਮੌਨ ਤੋਂ ਵੱਡਾ ਕੋਈ ਦੂਜਾ ਸ਼ਸਤਰ ਨਹੀਂ ਕਲਾ ਕਲੇਸ਼ ਦੇ ਉੱਤੇ ਜਿੱਤ ਪਾਉਣ ਲਈ ਮੌਨ ਤੋਂ ਵੱਡਾ ਕੋਈ ਦੂਜਾ ਸ਼ਸਤਰ ਨਹੀਂ ਮੌਨ ਤੋਂ ਚੁੱਪ ਰਸਨਾ ਕਰਕੇ ਵੀ ਮਨ ਕਰਕੇ ਵੀ ਹੈ ਜੀ ਜਿਨ੍ਹਾਂ ਦੀ ਯਾਦ 'ਚ ਜੁੜੇ ਹਨ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ ਕਹਿੰਦੇ ਪਿਆਰਿਆ ਤੇਰੀ ਰੱਖੀ ਹੋਈ ਦੋ ਮਿੰਟ ਦੀ ਨਿਮਰਤਾ ਦੋ ਮਿੰਟ ਦੀ ਤੇਰੀ ਰੱਖੀ ਹੋਈ ਦੋ ਮਿੰਟ ਦੀ ਨਿਮਰਤਾ ਵੱਡੇ ਤੋਂ ਵੱਡਾ ਬਿਪਤਾ ਦਾ ਸਮਾਂ ਟਾਲ ਸਕਦੀ ਹੈ ਆਖੋ ਧੰਨ ਗੁਰੂ ਰਾਮਦਾਸ ਜੇ ਕਿਸੇ ਵੱਡੇ ਵਡੇਰੇ ਨੇ ਕੋਈ ਗੱਲ ਕਹਿਤੀ ਨਾ ਦੋ ਮਿੰਟ ਲਈ ਜਰ ਜਾ ਇਕਦਮ ਠਾ ਜਵਾਬ ਨਾ ਦੇ ਜਦੋਂ ਤੂੰ ਇੱਕ ਗੱਲ ਬੋਲੇਗਾ ਅਗਲਾ ਹੋਰ ਦਸ ਬੋਲੇਗਾ ਕੰਮ ਵੱਧਦਾ ਜਾਏਗਾ ਜੇ ਕਿਸੇ ਨੇ ਕੋਈ ਗੱਲ ਕੀਤੀ ਹੈ ਨਾ ਤੇ ਦੋ ਮਿੰਟ ਲਈ ਜਰ ਜਾ ਇਹ ਬਾਬਾ ਆਨੰਦ ਸਿੰਘ ਸਾਹਿਬ ਕਹਿੰਦੇ ਤੇਰੀ ਦੋ ਮਿੰਟ ਦੀ ਰੱਖੀ ਨਿਮਰਤਾ ਵੱਡੇ ਤੋਂ ਵੱਡਾ ਬਿਪਤਾ ਦਾ ਆਉਣ ਵਾਲਾ ਸਮਾਂ ਟਲ ਸਕਦੀ ਹੈ ਇਹ ਮੇਰੀ ਬੇਨਤੀ ਹੈ ਹਰ ਬਚਨ ਦੇ ਵਿੱਚੋਂ ਕੁਝ ਲਈ ਜਾਇਓ ਹੈ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਆਹੀ ਕਿਹਾ ਸੀ ਬੀਬੀ ਭਾਨੀ ਜੀ ਨੂੰ ਭਾਨੀ ਪੁੱਤਰ ਪੇਕੇ ਘਰ ਤੋਂ ਸਹੁਰੇ ਘਰ ਜਾ ਰਹੀ ਹੈ ਤਿੰਨ ਭੱਬੇ ਨਾਲ ਲੈ ਜਾ ਮਹਾਰਾਜ ਤਿੰਨ ਭੱਬੇ ਕਹਿੰਦੇ ਪਹਿਲਾ ਭੱਬਾ ਭੱਬਾ ਭੁੱਲ ਗਈ ਜੀ ਇਹ ਅਸੀਂ ਵੀ ਪੱਲੇ ਨਾਲ ਬੰਨੀਏ ਇਹ ਬਾਬਾ ਆਨੰਦ ਸਿੰਘ ਜੀ ਦਾ ਵਚਨ ਹੈ ਕਹਿੰਦੇ ਸਿੱਖ ਗੁਰੂ ਦੇ ਅੱਗੇ ਪਤਨੀ ਪਤੀ ਦੇ ਅੱਗੇ
ਸੇਵਾਦਾਰ ਆਪਣੇ ਮੁਰਸ਼ਦ ਦੇ ਅੱਗੇ, ਬੱਚੇ ਆਪਣੇ ਮਾਤਾ ਪਿਤਾ ਦੇ ਅੱਗੇ ਤਿੰਨ ਭੱਬੇ ਜ਼ਰੂਰ ਪੜ੍ਹਨ। ਪਹਿਲਾ ਭੱਬਾ ਭੱਬਾ ਭੁੱਲ ਗਈ ਜੀ, ਭੁੱਲ ਗਿਆ ਜੀ। ਜੇ ਕਿਸੇ ਨੇ ਕੋਈ ਕਹਿਤੀ ਨਾ ਗੱਲ, ਤੇਰੇ ਕੋਲੋਂ ਗਲਤੀ ਹੋਈ ਹੈ, ਨਹੀਂ ਵੀ ਹੋਈ ਨਾ ਕੋਈ ਨੀ, ਦੋ ਮਿੰਟ ਕਹਿ ਦੇ ਜੀ ਭੁੱਲ ਗਏ, ਗਲਤੀ ਹੋ ਗਈ। ਜਦੋਂ ਮਾਹੌਲ ਵੇਖ ਲਿਆ ਠੰਡਾ ਹੋ ਗਿਆ, ਫਿਰ ਨਿਮਰਤਾ 'ਚ ਜਾ ਕੇ ਬੇਨਤੀ ਕੀਤੀ ਜੀ, ਗੱਲ ਏਦਾਂ ਨਹੀਂ ਏਦਾਂ ਸੀ, ਪਰ ਕਲੇਸ਼ ਵਧੇ ਨਾ ਤਾਂ ਕਰਕੇ ਮੈਂ ਉਸ ਵੇਲੇ ਕਹਿਤਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ, ਭੁੱਲ ਗਿਆ। ਦੋ ਮਿੰਟ ਦੀ ਰੱਖੀ ਨਿਮਰਤਾ ਕਿੰਨਾ ਵੱਡਾ ਬਿਪਤਾ ਦਾ ਸਮਾਂ ਟਲ ਸਕਦੀ ਹੈ। ਤੇ ਦੂਜਾ ਭੱਬਾ ਭੱਬਾ ਭਲਾ ਜੀ, ਭਲਾ ਜੀ ਤੋਂ ਭਾਵ ਹੁਣ ਮੰਨ ਲਓ ਵੱਡੇ ਨੇ ਕਿਸੇ ਨੇ ਕੋਈ ਕੰਮ ਕਹਿਤਾ, ਵੱਡੇ ਵਡੇਰੇ ਨੇ, ਮਾਤਾ ਪਿਤਾ ਨੇ, ਦਾਦੇ ਦਾਦੀ ਨੇ, ਨਾਨੇ ਨਾਨੀ, ਕਿਸੇ ਨੇ ਕਹਿਤਾ, ਵੱਡੇ ਭਾਈ ਨੇ ਕਹਿਤਾ ਇਹ ਕੰਮ ਕਰ। ਕਈ ਵਾਰੀ ਅਸੀਂ ਕਾਹਲੇ ਪੈ ਜਾਂਦੇ, ਉਹ ਤੁਸੀਂ ਮੈਨੂੰ ਹੀ ਕਹੀ ਜਾਂਦੇ, ਦੂਜਾ ਭਰਾ ਵੀ ਤੇ ਬੈਠਾ। ਸ਼ੁਕਰਾਨਾ ਕਰਿਆ ਕਰੋ, ਸ਼ੁਕਰ ਹੈ ਵੱਡਿਆਂ ਦੀ ਨਿਗਾਹ ਵਿੱਚ ਮੈਂ ਹਾਂ। ਤੇ ਜੇ ਮੰਨ ਲਓ ਕੰਮ ਕਰਨ ਦਾ ਨਹੀਂ ਵੀ ਮੂਡ ਕਰਦਾ ਨਾ, ਇੰਨਾ ਕਹਿ ਦਿਆ ਕਰੋ ਭਲਾ ਜੀ ਹੁਣੇ ਕਰਦਾ, ਭਾਵੇਂ ਕੀਤਾ ਦਸ ਮਿੰਟ ਬਾਅਦ ਹੀ ਹੈ, ਪਰ ਦੋ ਮਿੱਠੇ ਬੋਲ ਬੋਲਣ ਦੇ ਨਾਲ ਪਿਆਰਿਆ ਉਹ ਕਲੇਸ਼ ਦਾ ਸਮਾਂ ਟਲ ਜਾਏਗਾ। ਪਹਿਲਾ ਭੱਬਾ ਭੱਬਾ ਭੁੱਲ ਗਿਆ ਜੀ, ਦੂਜਾ ਭੱਬਾ ਭੱਬਾ ਭਲਾ ਜੀ, ਤੇ ਤੀਜਾ ਭੱਬਾ ਭੱਬਾ ਭਾਣਾ ਜੀ। ਦੋ ਭੱਬਿਆਂ ਦਾ ਤਲਕ ਸਾਡੀ ਜ਼ੁਬਾਨ ਨਾਲ ਹੈ, ਭੁੱਲ ਗਿਆ ਜਾਂ ਭੁੱਲ ਗਈ ਜ਼ੁਬਾਨ ਤੋਂ ਹੀ ਕਹਿਣਾ ਹੈ ਨਾ, ਭਲਾ ਜੀ ਜ਼ੁਬਾਨ ਤੋਂ ਹੀ ਕਹਿਣਾ ਹੈ ਨਾ। ਜਿਹਦੇ ਅੰਦਰ ਇਹ ਦੋ ਭੱਬੇ ਆ ਗਏ, ਤੀਜਾ ਐਟੋਮੈਟਿਕ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਮੇਰੀ ਬੇਨਤੀ ਹੈ, ਕਲਾ ਕਲੇਸ਼ ਦੇ ਉੱਤੇ ਜਿੱਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਸਭ ਤੋਂ ਵਧੀਆ ਸ਼ਸਤਰ ਹੈ। ਇਸ ਤੋਂ ਵੱਡਾ ਦੂਜਾ ਕੋਈ ਸ਼ਸਤਰ ਨਹੀਂ। ਕਿਸ ਤੋਂ ਵੱਡਾ? ਮੌਨ ਤੋਂ ਵੱਡਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ, ਮੈਨੂੰ ਬੜੀ ਅੱਛੀ ਲੱਗੀ, ਔਰ ਮੇਰਾ ਸੁਭਾਅ ਹੈ ਮੈਂ ਰੋਜ਼ ਨਵੀਆਂ ਨਵੀਆਂ ਗੱਲਾਂ ਲੱਭ ਲੱਭ ਕੇ ਲਿਆਉਣਾ, ਤੁਹਾਡੇ ਨਾਲ ਸ਼ੇਅਰ ਕਰ ਦੇਣਾ, ਔਰ ਇਹ ਗੱਲਾਂ ਫਿਰ ਆਪਣੇ ਤੱਕ ਨਾ ਰੱਖਿਆ ਕਰੋ, ਗਾਂ ਵੰਡਿਆ ਕਰੋ, ਵੰਡਿਆ ਕਰੋ। ਬੈਠੇ ਬੈਠੇ ਮੈਨੂੰ ਆਇਆ ਮੇਰੇ ਗੁਨਾਹਾਂ ਦਾ ਖਿਆਲ, ਬੈਠੇ ਬੈਠੇ ਮੈਨੂੰ ਆਇਆ ਮੇਰੇ ਗੁਨਾਹਾਂ ਦਾ ਖਿਆਲ, ਅੱਜ ਸ਼ਾਇਦ ਤੇਰੀ ਰਹਿਮਤ ਨੇ ਕੀਤਾ ਯਾਦ ਮੈਨੂੰ। ਬੈਠੇ ਬੈਠੇ ਆਇਆ ਮੈਨੂੰ ਮੇਰੇ ਗੁਨਾਹਾਂ ਦਾ ਖਿਆਲ ਜੀ, ਅੱਜ ਸ਼ਾਇਦ ਤੇਰੀ ਰਹਿਮਤ ਨੇ ਕੀਤਾ ਯਾਦ ਮੈਨੂੰ। ਬੰਦੇ ਨੂੰ ਆਪਣੇ ਗੁਨਾਹਾਂ ਦਾ ਖਿਆਲ ਆਉਣ ਲੱਗ ਪਏ ਨਾ, ਇਹ ਵੀ ਉਹਦੀ ਰਹਿਮਤ ਹੀ ਹੈ, ਨਹੀਂ ਤੇ ਬੰਦਾ ਗੁਨਾਹ ਕਰਦਾ ਆਪਣੇ ਗੁਨਾਹਾਂ ਦਾ ਖਿਆਲ ਹੀ ਨਹੀਂ ਹੁੰਦਾ, ਖਿਆਲ ਹੀ ਨਹੀਂ। ਆਪਣੇ ਗੁਨਾਹਾਂ ਦਾ ਖਿਆਲ ਆਉਣ ਲੱਗ ਪਿਆ ਨਾ, ਇਹ ਵੀ ਉਹਦੀ ਰਹਿਮਤ ਹੈ। ਜਿਹਨੂੰ ਖਿਆਲ ਆਉਣ ਲੱਗ ਪਿਆ ਮੈਂ ਇੰਨੇ ਔਗਣ ਕਰਦਾ, ਅੱਜ ਖਿਆਲ ਬਣੇ ਨੇ ਕੱਲ ਨੂੰ ਛੱਡਣਾ ਵੀ ਸ਼ੁਰੂ ਕਰ ਦੇਗਾ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਗਲਤੀ ਹੋ ਗਈ, ਗਲਤੀ ਹੋ ਗਈ, ਹੋ ਜਾਂਦੀਆਂ ਨੇ ਗਲਤੀਆਂ, ਮੈਂ ਵੀ ਇਨਸਾਨ ਹਾਂ, ਮੇਰੇ ਕੋਲੋਂ ਵੀ ਨਿਤਾ ਪ੍ਰਤੀ ਹੁੰਦੀਆਂ ਨੇ ਗਲਤੀਆਂ, ਅਸੀਂ ਸਾਰੇ ਇਨਸਾਨ ਆ, ਗਲਤੀਆਂ ਹੋ ਹੀ ਜਾਂਦੀਆਂ ਨੇ। ਪਰ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਸੁਣਿਓ, ਕਹਿੰਦੇ ਗਲਤੀ ਹੋ ਗਈ ਪਛਤਾਵਾ ਤੇ ਕਰ, ਪਛਤਾਵਾ, ਪਛਤਾਵਾ ਤੇਰੇ ਕੀਤੇ ਪਾਪ ਨੂੰ ਧੋ ਦਿੰਦਾ, ਤੇ ਉਸ ਪਛਤਾਵੇ ਦੇ ਪਿੱਛੇ ਕੋਈ ਨਾ ਕੋਈ ਨੇਮ ਜ਼ਰੂਰ ਵਧਿਆ ਹੋਵੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੈਠੇ ਬੈਠੇ ਮੈਨੂੰ ਆਇਆ ਮੇਰੇ ਗੁਨਾਹਾਂ ਦਾ ਖਿਆਲ, ਤੇਰੀ ਰਹਿਮਤ ਨੇ ਅੱਜ ਯਾਦ ਕੀਤਾ ਹੈ ਮੈਨੂੰ।
ਇਹ ਵੀ ਰਹਿਮਤ ਕੀ ਹੁੰਦੀ ਹੈ ਕਿ ਆਪਣੇ ਗੁਨਾਹਾਂ ਦਾ ਖਿਆਲ ਆਉਣ ਲੱਗ ਪਿਆ ਬੰਦੇ ਨੂੰ ਕਿ ਮੈਂ ਇਹ ਗੁਨਾਹ ਕਰਦਾ, ਮੇਰੇ ਅੰਦਰ ਆਹ ਕਮਜ਼ੋਰੀਆਂ ਨੇ। ਅਵਲ ਤੇ 80% ਖਿਆਲ ਆਉਂਦਾ ਹੀ ਨਹੀਂ, ਬੰਦਾ ਗਲਤੀਆਂ ਤੇ ਗਲਤੀਆਂ, ਗੁਨਾਹਾਂ ਤੇ ਗੁਨਾਹ ਕਰੀ ਜਾਂਦਾ। ਗੁਨਾਹਾਂ ਦਾ ਖਿਆਲ ਆਉਣਾ ਸ਼ੁਰੂ ਹੋ ਗਿਆ, ਇਹ ਵੀ ਉਹਦੀ ਰਹਿਮਤ। ਜਿਹਨੂੰ ਪਤਾ ਲੱਗ ਗਿਆ ਨਾ ਮੈਂ ਆਹ ਗਲਤੀ ਕਰਦਾ, ਨਿਤਨੇਮ ਵਧਾ ਕੇ ਅਰਦਾਸਾਂ ਕਰੇਗਾ, ਅੱਜ ਗਲਤੀਆਂ ਕਰ ਰਿਹਾ, ਕੱਲ੍ਹ ਨੂੰ ਗਲਤੀਆਂ 'ਚ ਸੁਧਾਰ ਵੀ ਹੋ ਜਾਏਗਾ। ਇਹ ਮੇਰੀ ਬੇਨਤੀ ਹੈ। ਅੱਜ ਆਹ ਗੁਰੂ ਰਾਮਦਾਸ ਬੱਪੂ ਜੀ ਦੀ ਗੋਦ ਵਿੱਚ ਬੈਠੇ ਹਾਂ, ਬਾਬਾ ਦੀਪ ਸਿੰਘ ਸਾਹਿਬ ਦੀ ਗੋਦ ਵਿੱਚ ਬੈਠੇ ਹਾਂ। ਇਹ ਮੇਰੀ ਬੇਨਤੀ ਪਿਆਰਿਓ, ਇਹ ਗੱਲਾਂ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਈਏ, ਬੋਲਣ ਵਾਲੇ ਵੀ, ਭਾਵ ਮੇਰੇ ਵਰਗੇ, ਮੈਂ ਵੀ ਸਿੱਖ ਕੇ ਜਾਵਾਂ, ਤੁਸੀਂ ਵੀ ਸਿੱਖ ਕੇ ਜਾਓ, ਤਾਂ ਹੀ ਇੱਥੇ ਬੈਠੇ ਦਾ ਲਾਭ ਜਿਹੜਾ ਰੋਜ਼ ਅਸੀਂ ਨਾਰਾ ਬੁਲੰਦ ਕਰਦੇ ਹਾਂ, ਕਰ ਲਓ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ, ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 218 ਨੰਬਰ ਅੰਗ ਦੇ ਉੱਤੇ ਦਰਜ, ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ। ਸਾਰੀ ਸੰਗਤ ਪਿਆਰ 'ਚ ਕੀਰਤਨ ਕਰਿਓ ਮੇਰੇ ਨਾਲ ਨਾਲ, ਕੋਈ ਰਸਨਾ ਮੰਜੀ ਨਾ ਰਹੇ, ਸਿੱਧੀ ਜੀ ਲੈ 'ਚ ਆਪਾਂ ਬੋਲਣਾ ਅਤੇ ਸਭ ਨੇ ਨਾਲ ਨਾਲ ਕੀਰਤਨ ਕਰਨਾ, ਇਹ ਬੇਨਤੀ ਹੈ ਜੀ। ਅੰਚਲ ਗਏ ਹੈ ਕੇ ਸਾਧ ਕਾ ਤਰਣਾ ਹੋ ਸੰਸਾਰ। ਪੜੋ ਪੜੋ। ਅੰਚਲ ਗਏ ਹੈ ਕੇ ਸਾਧ ਸੰਸਾਰ ਜੇ
ਸਾਂ
चल गए हैं के साथ का ਅੱਜ ਦੇ ਸ਼ਬਦ ਦੇ ਵਿੱਚ ਵੇਖੋ ਕਿੱਡੀ ਪਿਆਰੀ ਸੁਮਤ ਦੇ ਰਹੇ ਨੇ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਉਹ ਮੇਰੀ ਜਿੰਦੇ ਕਮਾਈ ਵਾਲੇ ਦਾ, ਸਾਧੂ ਮਹਾਤਮਾ ਦਾ, ਨਾਮ ਜਪਣ ਵਾਲਿਆਂ ਦਾ, ਬੰਦਗੀ ਵਾਲਿਆਂ ਦਾ ਪੱਲਾ ਫੜ ਲੈ। ਜੇ ਇਸ ਸੰਸਾਰ ਸਾਗਰ ਤੋਂ ਤਰਨਾ ਹੀ ਨਾ, ਕਮਾਈ ਵਾਲਿਆਂ ਦਾ ਪੱਲਾ ਫੜ। ਮਹਾਰਾਜ ਮੈਂ ਸਮਝ ਨਹੀਂ ਪਾ ਰਿਹਾ ਕਮਾਈ ਵਾਲਿਆਂ ਦਾ ਪੱਲਾ ਫੜਨਾ ਕੀ। ਕਹਿੰਦੇ ਜਿਵੇਂ ਜਿਵੇਂ ਉਹ ਬਚਨ ਕਰੀ ਜਾਣ, ਤੂੰ ਬਚਨਾਂ ਨੂੰ ਕਮਾਈ ਜਾ। ਇਹ ਹੈ ਕਮਾਈ ਵਾਲਿਆਂ ਦਾ ਪੱਲਾ ਫੜਨਾ। ਮਹਾਰਾਜ ਜਦੋਂ ਮੈਂ ਕਮਾਈ ਵਾਲਿਆਂ ਦੇ ਬਚਨ ਕਮਾਵਾਂਗਾ, ਉਹਨਾਂ ਦਾ ਪੱਲਾ ਫੜਾਂਗਾ, ਮਿਲੇਗਾ ਕੀ? ਮਹਾਰਾਜ ਕਹਿੰਦੇ ਜਦੋਂ ਤੂੰ ਕਮਾਈ ਵਾਲਿਆਂ ਦਾ ਪੱਲਾ ਫੜੇਗਾ, ਉਹਨਾਂ ਦੇ ਬਚਨਾਂ ਨੂੰ ਕਮਾਏਗਾ, ਉਹ ਕੱਲਾ ਤੇਰਾ ਉਧਾਰ ਨਹੀਂ ਹੋਏਗਾ, ਤੇਰੇ ਪਰਿਵਾਰ ਦਾ, ਤੇਰੀਆਂ ਕੁੱਲਾਂ ਦਾ ਵੀ ਬੇੜਾ ਪਾਰ ਹੋ ਜਾਏਗਾ।
ਸਤ ਸ੍ਰੀ ਅਕਾਲ। ਬਸ ਤੂੰ ਫੜ ਲੈ ਪੱਲਾ, ਜਿਵੇਂ ਜਿਵੇਂ ਕਮਾਈ ਵਾਲੇ ਬੋਲ ਬੋਲਣ, ਬਸ ਉਹਨਾਂ ਬੋਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਦਾ ਯਤਨ ਕਰ। ਜੇ ਤੇਰਾ ਹੀ ਉਧਾਰ ਨਹੀਂ, ਤੇਰਾ ਹੀ ਭਲਾ ਨਹੀਂ, ਤੇਰੀਆਂ ਕੁੱਲਾਂ ਦਾ ਵੀ ਭਲਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਮਾਈ ਵਾਲਿਆਂ ਦਾ ਨਾਮ ਲੈ ਲਓ, ਜਿਨ੍ਹਾਂ ਦੀ ਜੋ ਪਿਤਾ ਜੀ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ, ਸਰੀਰ ਰਾਜੀ ਹੈ ਨਾ, ਸਰੀਰ ਰਾਜੀ। ਹਾਂ, ਜਿਹਨੂੰ ਕੋਈ ਪ੍ਰੋਬਲਮ ਹੈ ਉਹ ਗੱਲ ਵੱਖਰੀ, ਜਿਨ੍ਹਾਂ ਦੇ ਸਰੀਰ ਰਾਜੀ ਨੇ ਆ ਕਮਰ ਸਿੱਧੀ ਕਰ ਲਈ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਉਹ ਅਰਦਾਸ ਕਰੋ ਬਾਪੂ ਜੀ ਬਹਿਣ ਦਾ ਹੋਰ ਬਲ ਦਿਓ, ਹੋਰ ਬਖਸ਼ਿਸ਼ਾਂ ਕਰੋ ਸਾਡੇ 'ਤੇ, ਇੰਨਾ ਸਮਾਂ ਬੀਨੇ ਆ, ਹੋਰ ਬੈਠਣ ਦੀ ਕਿਰਪਾ ਕਰੋ। ਅਤੇ ਜਿਨ੍ਹਾਂ ਦੀ ਸਿਹਤ ਰਾਜੀ, ਚੌਂਕੜੇ ਮਾਰੋ ਅਤੇ ਕਮਾਈ ਵਾਲਿਆਂ ਦਾ ਨਾਮ ਲੈ ਲਓ। ਸਾਰੇ ਬੋਲਿਓ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ 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 ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਆਨੰਦ 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 ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ 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 ਸਿੰਘ, ਹਰ ਰਸ ਜਿੰਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਆਖਾਏ, ਅੰਚਲ ਰਹਿਆ ਸਾਧਕਾ ਨਾਨਕ, ਪੈ ਸਾਗਰ ਪਾਰ ਪਰਾਏ, ਧੰਨ ਧੰਨ ਬਾਬਾ ਦੀਪ ਸਿੰਘ ਜੀ, 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 ਪਰਮ ਮੋਹ ਵਿਕਾਰ ਬਿਨ ਸੇ ਜੋਣ ਆਵਣ ਸਭ ਰਹੇ, ਅਗਨ ਸਾਗਰ ਪਏ ਸੀਤਲ, ਸਾਧ ਅੰਚਲ ਗਹਿ ਰਹੇ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ, ਅੰਚਲ ਗਹਿ ਕੇ ਸਾਧ ਕਾ ਵਾਹਿਗੁਰੂ, 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 ਵਾਹਿਗੁਰੂ,
ਮਹਾਂਪੁਰਖਾਂ ਦਾ ਪੱਲਾ ਫੜ ਲੈ। ਜਿਵੇਂ ਮੈਂ ਪਹਿਲੇ ਕਿਹਾ ਨਾ, ਪੱਲਾ ਫੜਨਾ ਕੀ, ਜੋ ਉਹਨਾਂ ਨੇ ਬਚਨ ਕੀਤੇ ਨੇ ਉਹਨਾਂ ਬਚਨਾਂ ਨੂੰ ਕਮਾਉਣ ਦਾ ਯਤਨ ਕਰ। ਸਟੇਜ ਦੇ ਉੱਤੇ ਨਾਨਕ ਸਰ ਸੰਪਰਦਾਇ ਤੋਂ ਮੇਰੇ ਬੜੇ ਪਿਆਰੇ ਮਹਾਂਪੁਰਖ ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਨਿਭਾ ਰਹੇ ਨੇ, ਮੌਜੂਦਾ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਜੀ, ਉਹਨਾਂ ਨੇ ਸੰਗਤ ਦੇ ਵਿੱਚ ਆ ਕੇ ਸਾਨੂੰ ਦਰਸ਼ਨ ਦਿੱਤੇ, ਸੰਗਤ ਦੇ ਦਰਸ਼ਨ ਕਰਨ ਵਾਸਤੇ ਆਏ। ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜੈਕਾਰਾ ਲਾ ਕੇ ਸਭ ਨੂੰ ਜੀ ਆਇਆਂ ਕਹਿ ਦਿਓ। ਮੇਰਾ ਸੁਭਾਅ ਨਹੀਂ ਸਮੇਂ ਤੋਂ ਇੱਕ ਵੀ ਮਿੰਟ ਤਾਂ ਜਾਣਦਾ, ਕੋਸ਼ਿਸ਼ ਕਰਾਂਗਾ ਦੋ ਚਾਰ ਮਿੰਟ ਪਹਿਲੇ ਆਪਾਂ ਸਮਾਪਤੀ ਕਰਦੇ ਹਾਂ। ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਏਡਾ ਵੱਡਾ ਸਮਾਗਮ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੀ ਯਾਦ ਨੂੰ
ਸਮਰਪਿਤ ਕਰਕੇ ਮੇਰੇ ਬੜੇ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਦਵਿੰਦਰ ਸਿੰਘ ਜੀ ਸੋਢੀ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ, ਸਾਰੀ ਇਹਨਾਂ ਦੀ ਕਮੇਟੀ ਦੇ ਸਹਿਯੋਗ ਨਾਲ ਉਲੀਕਿਆ ਗਿਆ। ਇਹਦਾ ਇੱਕ ਮਨੋਰਥ ਹੈ, ਪਤਾ ਕੀ ਪਿਆਰਿਓ? ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਦੀ ਯਾਦ ਮਨਾਉਣ ਦਾ ਇੱਕ ਮਨੋਰਥ ਹੈ ਕਿ ਜਿਹੜੀ ਭਾਵਨਾ ਦੀ ਅੱਖ ਮਹਾਂਪੁਰਖਾਂ ਨੂੰ ਮਿਲੀ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਛਾਣਨ ਵਾਲੀ, ਉਹ ਅੱਖ ਕਿਤੇ ਸਾਨੂੰ ਵੀ ਮਿਲ ਜੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਸੀ ਬਾਬਾ ਨੰਦ ਸਿੰਘ ਜੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਕਿਤਾਬ ਕਹਿੰਦਾ, ਕੋਈ ਵਰਕੇ ਕਹਿੰਦਾ, ਕੋਈ ਸ਼ਾਹੀ ਕਹਿੰਦਾ, ਕੋਈ ਅੱਖਰ ਕਹਿੰਦਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ ਹੈ, ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਗੱਲ ਸੁਣ ਕੇ ਫਿਰ ਜਕਾਰਾ ਲਾਇਓ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਕਿਤਾਬ ਕਹਿੰਦਾ, ਕੋਈ ਵਰਗੇ ਕਹਿੰਦਾ, ਕੋਈ ਅੱਖਰ ਕਹਿੰਦਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ। ਕਿੱਡੀ ਨਿਮਰਤਾ! ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤੇ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਸਤ ਸ੍ਰੀ ਅਕਾਲ। ਇਹ ਮੇਰੀ ਬੇਨਤੀ ਹੈ, ਬੇਨਤੀ, ਅੱਜ ਜੇ ਇੱਥੇ ਆਏ ਆ ਨਾ, ਆ ਪਛਾਣਨ ਵਾਲੀ ਅੱਖ ਲੈ ਕੇ ਜਾਈਏ, ਪਛਾਣਨ ਵਾਲੀ ਅੱਖ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਨ ਵਾਲਾ ਵੀ ਵੱਡਾ ਹੈ, ਧੰਨ ਹੈ, ਪਰ ਜਿਹੜਾ ਦੀਦਾਰ ਕਰਨ ਤੋਂ ਬਾਅਦ ਪਛਾਣ ਲਵੇ ਉਹਦੀ ਗੱਤ ਕਹੀ ਨਹੀਂ ਜਾ ਸਕਦੀ। ਤੇ ਜਿਨ੍ਹਾਂ ਨੇ ਪਛਾਣਿਆ ਉਹਨਾਂ ਦੇ ਮੈਂ ਦੋ ਤਿੰਨ ਬਚਨ ਸਾਂਝੇ ਕਰਨੇ ਨੇ ਬਾਬਾ ਨੰਦ ਸਿੰਘ ਜੀ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਡੀ ਭਾਵਨਾ ਬਣਾਉਂਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਬਾਣੀ ਦੇ ਉੱਤੇ। ਕਹਿੰਦੇ ਕਿਸੇ ਦਾ ਪਿਤਾ ਆਪਣੇ ਬੱਚਿਆਂ ਦੇ ਲਈ ਕੱਪੜੇ ਲੈ ਕੇ ਆਉਂਦਾ, ਸੁਣਿਓ, ਕਿਸੇ ਦਾ ਪਿਤਾ ਆਪਣੇ ਬੱਚਿਆਂ ਦੇ ਲਈ ਫਲ ਫਰੂਟ ਲੈ ਕੇ ਆਉਂਦਾ। ਕਹਿੰਦੇ ਕਿਸੇ ਦਾ ਪਿਤਾ ਆਪਣੇ ਬੱਚਿਆਂ ਦੇ ਲਈ ਮਾਇਆ ਕਮਾ ਕੇ ਲੈ ਕੇ ਆਉਂਦਾ। ਤੇ ਮਾਣ ਨਾਲ ਕਹਿੰਦੇ ਸੀ, ਕਹਿੰਦੇ ਸਾਡਾ ਸਾਰਿਆਂ ਦਾ ਪਿਤਾ ਗੁਰੂ ਨਾਨਕ ਆਪਣੇ ਆ ਸਿੱਖਾਂ ਲਈ, ਆਪਣੇ ਬੱਚਿਆਂ ਦੇ ਲਈ ਦਰਗਾਹ ਦੇ ਵਿੱਚੋਂ ਗੁਰਬਾਣੀ ਦਾ ਖਜ਼ਾਨਾ ਲੈ ਕੇ ਆਇਆ। ਗੁਰੂ ਨਾਨਕ ਆਪ ਰੱਬ, ਆਪ ਨਿਰੰਕਾਰ ਦਰਗਾਹ ਦੇ ਵਿੱਚੋਂ ਆਪਣੇ ਬੱਚਿਆਂ ਲਈ, ਆਪਣੇ ਸਿੱਖਾਂ ਦੇ ਲਈ ਆ ਗੁਰਬਾਣੀ ਦਾ ਖਜ਼ਾਨਾ ਲੈ ਕੇ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ। ਤੇ ਦੂਜਾ ਬਚਨ ਅੱਜ ਬੜੀ ਲੋੜ ਏ ਦੀ, ਬੜੀ ਲੋੜ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਦੂਜਾ ਬਚਨ ਸੁਣਿਓ। ਕਹਿੰਦੇ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਾ ਪਈ, ਇਹ ਗੱਲ ਸੁਣਿਓ। ਕਹਿੰਦੇ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਾ ਪਈ, ਜਿੱਧਰ ਮਰਜ਼ੀ ਚਲਿਆ ਜਾਵੇ ਪੂਰੀ ਪੈ ਹੀ ਨਹੀਂ ਸਕਦੀ, ਜਿੱਧਰ ਮਰਜ਼ੀ ਚਲਿਆ ਜਾਵੇ। ਦੇਖੋ ਅੱਜ ਕੱਲ੍ਹ ਕਿੰਨਾ ਰਿਵਾਜ਼ ਹੈ ਨਗਾਂ ਵਾਲੀਆਂ ਮੁੰਦਰੀਆਂ ਪਾਉਣ ਦਾ, ਫਲਾਣੇ ਨਗ ਦੀ ਮੁੰਦਰੀ ਪਾਵਾਂਗੇ ਤੇ ਕਲੇਸ਼ ਦੂਰ ਹੋ ਜਾਣਗੇ, ਬਰਕਤ ਪੈ ਜਾਏਗੀ, ਆਹ ਚੀਜ਼ਾਂ ਮਿਲ ਜਾਣਗੀਆਂ। ਕੋਈ ਧਾਗੇ ਤਵੀਤ ਪਾਈ ਫਿਰਦਾ, ਕੋਈ ਕਬਰਾਂ ਦੇ ਉੱਤੇ ਚਦਨਾ ਚੜ੍ਹਾਈ ਜਾਂਦਾ। ਉਹ ਜਿਹੜੇ ਮਾਲਕ ਪਿਤਾ ਜੀ ਦੀ ਗੋਦ ਵਿੱਚ ਬੈਠੇ ਹਾਂ ਨਾ ਆਪਾਂ, ਜੇ ਪਿਆਰਿਆ ਤੇਰੀ ਇੱਥੋਂ ਪੂਰੀ ਨਹੀਂ ਨਾ ਪਈ, ਜਿੱਧਰ ਮਰਜ਼ੀ ਚੜਿਆ ਜਾ ਪੈ ਹੀ ਨਹੀਂ ਸਕਦੀ ਪੂਰੀ। ਮੈਨੂੰ ਕੁਦਰਤੀ ਗੱਲ ਚੇਤੇ ਆਈ,
ਅੱਜ ਤੋਂ ਤਕਰੀਬਨ 18-19 ਸਾਲ ਪੁਰਾਣੀ ਗੱਲ ਹੈ। ਇੱਕ ਸਿੱਖ ਨੇ ਮੈਨੂੰ ਇਹ ਖੁਦ ਬਚਨ ਸੁਣਾਇਆ, ਮੈਨੂੰ ਉਹਨੇ ਬਚਨ ਸੁਣਾਇਆ ਦਿੱਲੀ ਦਾ ਉਹ ਰਹਿਣ ਵਾਲਾ। 18-19 ਸਾਲ ਦੇ ਕਰੀਬ ਕਰੀਬ ਸਮਾਂ ਹੋ ਗਿਆ। ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਕਾਰੋਬਾਰ ਦੇ ਵਿੱਚ ਮੰਦਾ ਬੜਾ, ਕਾਰੋਬਾਰ ਨਾ ਇੱਕਦਮ ਘੱਟ ਗਿਆ, ਮੰਦਾ ਬਹੁਤ ਜ਼ਿਆਦਾ। ਅਤੇ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਜਾਮਾ ਮਸਜਿਦ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ 'ਤੇ ਨਾ ਕੋਈ ਫਕੀਰ ਬਹਿੰਦਾ, ਕੋਈ ਪੁੜੀ ਦਿੰਦਾ, ਜਿਹੜਾ ਵੀ ਉਹ ਪੁੜੀ ਨੂੰ ਆਪਣੇ ਗੱਲੇ 'ਚ ਰੱਖਦਾ ਨਾ ਬਰਕਤਾਂ ਪੈ ਜਾਂਦੀਆਂ। ਉਹ ਮੈਨੂੰ ਬਚਨ ਸੁਣਾ ਰਿਹਾ, ਕਹਿੰਦਾ ਮੈਂ ਪਰੇਸ਼ਾਨ ਸਾਂ ਬਹੁਤ ਜ਼ਿਆਦਾ, ਅਤੇ ਮੈਂ ਉਹਦੇ ਕੋਲ ਚਲਿਆ ਗਿਆ। ਕਹਿੰਦੇ ਜਦੋਂ ਉਹਦੇ ਕੋਲ ਗਿਆ ਨਾ ਬੜੀ ਲੰਬੀ ਸਾਰੀ ਲਾਈਨ ਲੱਗੀ ਸੀ। ਜਦੋਂ ਘੰਟੇ ਡੇਢ ਘੰਟੇ ਬਾਅਦ ਮੇਰੀ ਵਾਰੀ ਆਈ ਨਾ, ਮੈਂ ਉਹਨੂੰ ਦੱਸਿਆ ਮੇਰੇ ਕਾਰੋਬਾਰ 'ਚ ਇੰਨਾ ਮੰਦਾ ਬਹੁਤ ਹੈ, ਸਭ ਨੂੰ ਤੁਸੀਂ ਪੁੜੀ ਦਿੰਦੇ ਹੋ, ਮੈਨੂੰ ਵੀ ਦਿਓ। ਅਤੇ ਕਹਿੰਦੇ ਉਹ ਜਿਹੜਾ ਫਕੀਰ ਨਾ ਉਹਨੇ ਮੈਨੂੰ ਮਨਾ ਕਰਤਾ, ਤੈਨੂੰ ਮੈਂ ਪੁੜੀ ਨਹੀਂ ਦੇ ਸਕਦਾ, ਜਾ ਚਲਿਆ ਜਾ ਇੱਥੋਂ। ਕਹਿੰਦੇ ਗੁੱਸੇ ਨਾਲ ਬੋਲਿਆ, ਕਹਿੰਦਾ ਮੈਂ ਵਾਪਸ ਆ ਗਿਆ, ਬੇਇੱਜ਼ਤੀ ਫੀਲ ਕੀਤੀ ਇੰਨਿਆਂ ਦੇ ਵਿੱਚ ਮੈਨੂੰ ਬੋਲ ਗਿਆ। ਪਰ ਕਹਿੰਦਾ ਕਾਰੋਬਾਰ 'ਚ ਮੰਦਾ ਬਹੁਤ ਜ਼ਿਆਦਾ, ਪਰੇਸ਼ਾਨੀ ਬਹੁਤ ਜ਼ਿਆਦਾ। 3-4 ਦਿਨਾਂ ਬਾਅਦ ਮੈਂ ਫਿਰ ਗਿਆ, ਬਈ ਮੈਨੂੰ ਵੀ ਪੁੜੀ ਦਿਓ। ਕਹਿੰਦੇ ਜਦੋਂ ਮੇਰੀ ਵਾਰੀ ਆਈ ਮੈਂ ਇੰਨੀ ਚੀਜ਼ ਕਹੀ ਨਾ, ਉਹਨੇ ਫਕੀਰ ਨੇ ਮੈਨੂੰ ਵੇਖਿਆ ਅਤੇ ਕਹਿੰਦੇ ਉਹਦੇ ਕੋਲੋਂ ਰਿਹਾ ਨਾ ਗਿਆ, ਆਪਣੇ ਸੇਵਾਦਾਰਾਂ ਦੇ ਕੋਲੋਂ ਮੈਨੂੰ ਧੱਕੇ ਵੀ ਮਰਵਾਏ, ਬਈ ਤੇਰੇ ਲਈ ਪੁੜੀ ਨਹੀਂ ਮੇਰੇ ਕੋਲ, ਜਾ ਚਲਿਆ ਜਾ ਇੱਥੋਂ। ਸੁਣਨ ਵਾਲੀ ਗੱਲ ਜੇ, ਹੁਣ ਬੰਦਾ ਜਦੋਂ ਪਰੇਸ਼ਾਨ ਹੋਵੇ ਕਈ ਵਾਰੀ ਹੱਥ ਪੈਰ ਇੱਦਾਂ ਮਾਰਦਾ। ਕਹਿੰਦਾ ਤੀਜੀ ਵਾਰੀ 2-3 ਦਿਨਾਂ ਬਾਅਦ ਮੈਂ ਫਿਰ ਗਿਆ, ਅਤੇ ਜਦੋਂ ਮੈਂ ਗਿਆ ਨਾ, ਹੁਣ ਕਹਿੰਦੇ ਉਹ ਫਕੀਰ ਨੇ ਵੇਖਿਆ, ਗੁੱਸੇ ਵੀ ਹੋਇਆ, ਧੱਕੇ ਵੀ ਮਰਵਾਏ, ਇਹ ਫਿਰ ਆ ਗਿਆ। ਕਹਿੰਦੇ ਉਸ ਵੇਲੇ ਉਹਨੇ ਮੈਨੂੰ ਬਾਹੋਂ ਫੜਿਆ ਅਤੇ ਬਾਂਹ ਤੋਂ ਫੜ ਕੇ ਨਾ ਅੰਦਰ ਇੱਕ ਕਮਰੇ 'ਚ ਮੈਨੂੰ ਲੈ ਗਿਆ ਅਤੇ ਮੈਨੂੰ ਕਹਿੰਦਾ ਸਿੱਖਾ ਦੱਸ ਕੀ ਕਹਿੰਦਾ ਹੈ। ਕਹਿੰਦਾ ਮੈਂ ਪਰੇਸ਼ਾਨ ਹਾਂ, ਕਾਰੋਬਾਰ ਦੇ ਵਿੱਚ ਮੰਦਾ ਹੈ, ਸਭ ਨੂੰ ਪੁੜੀ ਦਿੰਦੇ ਹੋ, ਮੈਨੂੰ ਵੀ ਦਿਓ, ਮੈਂ ਵੀ ਗੱਲੇ 'ਚ ਰੱਖਾਂ, ਬਰਕਤ ਪਵੇ ਮੈਨੂੰ ਵੀ। ਅਤੇ ਕਹਿੰਦੇ ਉਸ ਵੇਲੇ ਉਹ ਫਕੀਰ ਨੇ ਇੱਕ ਲਫ਼ਜ਼ ਬੋਲੇ, ਉਹ ਗੱਲ ਸੁਣ ਕੇ ਕਹਿੰਦਾ ਮੇਰੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ, ਸ਼ਰਮ ਨਾਲ ਕਿ ਮੈਂ ਸਿੱਖ ਹੋ ਕੇ ਕਿੱਥੇ ਆ ਰਿਹਾ, ਇਹ ਕਿੱਥੋਂ ਬਰਕਤਾਂ ਲੈ ਕੇ ਆ ਰਿਹਾ ਅਤੇ ਮੈਂ ਕਿੱਧਰ ਜਾ ਰਿਹਾ। ਕਹਿੰਦੇ ਉਹ ਫਕੀਰ ਨੇ ਇੱਕ ਗੱਲ ਕਹੀ ਮੈਨੂੰ, ਉਹ ਸਿੱਖਾ ਸਭ ਨੂੰ ਮੈਂ ਪੁੜੀ ਦੇਣੀ ਹੈ ਪਰ ਤੈਨੂੰ ਨਹੀਂ ਦੇਣੀ। ਉਹ ਕਹਿੰਦਾ ਕਿਉਂ? ਕਹਿੰਦਾ ਇਸ ਪੁੜੀ ਦੇ ਵਿੱਚ ਕੁਝ ਹੋਰ ਨਹੀਂ, ਮੈਂ ਰੋਜ਼ ਅੰਮ੍ਰਿਤ ਵੇਲੇ 2 ਵਜੇ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਸੀਸਗੰਜ ਸਾਹਿਬ। ਕਹਿੰਦੇ ਉੱਥੇ ਜਿੱਥੇ ਸੰਗਤਾਂ ਜੋੜੇ ਲਾਉਂਦੀਆਂ ਨੇ ਨਾ, ਉੱਥੋਂ ਦੀ ਚਰਨ ਧੂੜ ਇਕੱਠੀ ਕਰਕੇ ਮੈਂ ਲਿਆਉਂਦਾ ਅਤੇ ਪੁੜੀ ਦੇ ਵਿੱਚ ਪਾ ਪਾ ਕੇ ਇੱਦਾਂ ਜਿਨ੍ਹਾਂ ਦੇ ਕਾਰੋਬਾਰ 'ਚ ਕੋਈ ਕਮੀ ਹੋਵੇ, ਬਰਕਤ ਨਾ ਪੈਂਦੀ ਹੋਵੇ, ਪੁੜੀ ਦੇਣਾ। ਕਹਿੰਦਾ ਇਸ ਪੁੜੀ ਵਿੱਚ ਹੋਰ ਕੋਈ ਨਹੀਂ, ਹੋਰ ਕੁਝ ਨਹੀਂ, ਇਸ ਪੁੜੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੀਆਂ ਸੰਗਤਾਂ ਦੀ ਚਰਨ ਧੂੜ ਹੈ, ਮੈਂ ਚਰਨ ਧੂੜੀ ਦੇਣਾ। ਉਹ ਕਾਰਜ ਰਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੀ ਚਰਨ ਧੂੜੀ ਕਰ ਰਹੀ ਹੈ, ਨਾਮ ਮੇਰਾ ਹੋਈ ਜਾ ਰਿਹਾ। ਮੈਂ ਤੈਨੂੰ ਇਹ ਨਹੀਂ ਦੇਣੀ, ਉਹ ਜਿੱਥੋਂ ਮੈਂ ਬਖਸ਼ਿਸ਼ਾਂ ਲੈ ਰਿਹਾ ਤੂੰ ਤੇ ਉਸੇ ਗੁਰੂ ਦਾ ਸਿੱਖ ਹੈ, ਮੇਰੇ ਕੋਲ ਆ ਕੇ ਕਿਉਂ ਝੁਕਦਾ? ਤੂੰ ਸਿੱਧਾ ਡਾਇਰੈਕਟ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਅੰਮ੍ਰਿਤ ਵੇਲੇ ਜਾਇਆ ਕਰ, ਜੇ ਉਹ ਮੇਰੇ ਤੇ ਬਖਸ਼ਿਸ਼ਾਂ ਕਰ ਸਕਦਾ ਤੇਰੇ ਤੇ ਨਹੀਂ ਕਰ ਸਕਦਾ। ਵੇਖੋ ਪਿਆਰਿਓ, ਅਸੀਂ ਕਈ ਵਾਰੀ ਆਪਣੇ ਮਾਲਕ ਪਿਤਾ ਨੂੰ ਛੱਡ ਕੇ ਦੂਜਿਆਂ ਦਾ ਬੂਹਾ ਖੜਕਾਉਂਦੇ ਹਾਂ, ਉਹ ਦੂਜਿਆਂ ਨੂੰ ਵੇਖਣ ਵਾਲੀਆਂ ਕਈ ਵਾਰੀ ਅੱਖਾਂ ਮਿਲ ਜਾਂਦੀਆਂ, ਅਸੀਂ ਖਾਲੀ ਰਹਿ ਜਾਂਦੇ ਹਾਂ। ਇੱਦਾਂ ਨਹੀਂ,
ਅੱਜ ਜੇ ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹੋ ਨਾ, ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੂਰਾ ਭਰੋਸਾ, ਪੂਰੀ ਸ਼ਰਧਾ, ਪੂਰਾ ਵਿਸ਼ਵਾਸ ਬਣਾਓ। ਜੋ ਮਹਾਂਪੁਰਖਾਂ ਦਾ ਬਚਨ ਹੈ ਨਾ, ਉਹ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ, ਜਦਰ ਮਰਜ਼ੀ ਚਲਿਆ ਜਾਵੇ ਪੂਰੀ ਪੈ ਹੀ ਨਹੀਂ ਸਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮੰਨੈ, ਪਰ ਤਖ ਗੁਰੂ ਨਿਸਤਾਰੇ। ਇੱਕ ਬਚਨ ਹੋਰ ਸੁਣ ਲਓ, ਮੈਂ ਸਮਾਪਤੀ ਕਰਨ ਲੱਗਾ। ਅਗਲਾ ਬਚਨ ਅੱਜ, ਕਿਉਂਕਿ ਉਹਨਾਂ ਦੀ ਯਾਦ ਮਨਾ ਰਹੇ ਹੋ ਨਾ, ਫਿਰ ਜਿਹਦੀ ਯਾਦ 'ਚ ਜੁੜੇ ਹੋਈਏ, ਉਹਨਾਂ ਦੀਆਂ ਵਿਚਾਰਾਂ, ਉਹਨਾਂ ਦੇ ਬਚਨ ਸਾਂਝੇ ਕਰੀਏ, ਹੋਰ ਰਸ ਵੱਧਦਾ। ਅਗਲਾ ਬਚਨ, ਬਾਬਾ ਆਨੰਦ ਸਿੰਘ ਸਾਹਿਬ ਪਤਾ ਕੀ ਕਰਦੇ ਸੀ, ਆ ਗੁਰੂ ਨਾਲ ਜੋੜਦੇ ਸੀ, ਆਪਣੇ ਨਾਲ ਨਹੀਂ, ਸਰੀਰ ਦੇ ਨਾਲ ਨਹੀਂ, ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ। ਅਗਲਾ ਬਚਨ ਪਤਾ ਕੀ ਕਰਨਾ, ਕਹਿੰਦੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੱਡੀ ਤਾਕਤ ਏ। ਕਹਿੰਦੇ ਅੱਗ ਬਲ ਰਹੀ ਹੋਵੇ ਨਾ, ਅੱਗ ਅੱਗ ਨੂੰ ਕੋਈ ਹੱਸ ਕੇ ਹੱਥ ਲਾ ਦੇਵੇ, ਰੋ ਕੇ ਹੱਥ ਲਾ ਦੇਵੇ, ਹੈਂਜੀ, ਗੁੱਸੇ ਨਾਲ ਹੱਥ ਲਾ ਦੇਵੇ, ਪਿਆਰ ਨਾਲ ਹੱਥ ਲਾ ਦੇਵੇ, ਮਿੱਤਰ ਹੱਥ ਲਾ ਦੇਵੇ, ਭਾਵੇਂ ਸ਼ਤਰੂ ਹੱਥ ਲਾ ਦੇਵੇ। ਕਹਿੰਦੇ ਅੱਗ ਨੂੰ ਜਿਹੜਾ ਵੀ ਹੱਥ ਲਾਏਗਾ ਨਾ, ਅੱਗ ਦਾ ਕੰਮ ਹੈ ਸਾੜਨਾ, ਸਾੜ ਦਿੰਦੀ ਅੱਗ। ਇਹ ਬਾਬਾ ਆਨੰਦ ਸਿੰਘ ਸਾਹਿਬ ਮੌਜ ਵਿੱਚ ਇਹ ਬਚਨ ਕਰਦੇ ਸੀ, ਕਹਿੰਦੇ ਜਿਵੇਂ ਅੱਗ ਦਾ ਕੰਮ ਹੈ ਨਾ ਸਾੜਨਾ, ਭਾਵੇਂ ਕੋਈ ਹੱਸ ਕੇ ਹੱਥ ਲਾਵੇ, ਭਾਵੇਂ ਕੋਈ ਰੋ ਕੇ ਲਾਵੇ, ਇਸੇ ਤਰ੍ਹਾਂ ਕਹਿੰਦੇ ਗੁਰੂ ਦੀ ਬਾਣੀ ਨੂੰ ਕੋਸ਼ਿਸ਼ ਕਰੋ ਮਨ ਜੋੜ ਕੇ ਪੜਿਆ ਜਾਵੇ, ਪਰ ਨਹੀਂ ਵੀ ਮਨ ਜੁੜਦਾ ਨਾ ਛੱਡੋ ਨਾ। ਕਹਿੰਦੇ ਗੁਰੂ ਦੀ ਬਾਣੀ ਨੂੰ ਭਾਵੇਂ ਮਨ ਜੋੜ ਕੇ ਪੜਿਆ ਜਾਵੇ, ਨਹੀਂ ਵੀ ਮਨ ਜੁੜਦਾ ਤਾਂ ਵੀ ਸਿੱਖ ਨੇਮ ਆਪਣਾ ਕਰੀ ਜਾਵੇ, ਉਹ ਜਿਵੇਂ ਅੱਗ ਦਾ ਕੰਮ ਹੈ ਨਾ ਸਾੜਨਾ, ਇਸੇ ਤਰ੍ਹਾਂ ਬਾਣੀ ਦਾ ਕੰਮ ਹੈ ਤੇਰੇ ਪਾਪਾਂ ਨੂੰ ਸਾੜਨਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਬਾਣੀ ਦਾ ਕੰਮ ਹੈ ਤੇਰੇ ਪਾਪਾਂ ਨੂੰ ਸਾੜਨਾ। ਕਈ ਕਹਿੰਦੇ ਜੀ ਮਨ ਨਾ ਜੁੜੇ ਬਾਣੀ ਨਹੀਂ ਪੜ੍ਹਨੀ ਚਾਹੀਦੀ, ਇਹ ਬਿਲਕੁਲ ਗਲਤ ਗੱਲ ਹੈ। ਇੱਕ ਦਿਨ ਮੈਂ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੀ ਟੇਪ ਸੁਣ ਰਿਹਾ ਸਾਂ, ਕਹਿੰਦੇ ਕਿਸੇ ਨੂੰ ਚੜ ਗਿਆ ਬੁਖਾਰ, ਉਹਨੇ ਲਿਆਂਦੀ ਦਵਾਈ, ਦਵਾਈ ਨੂੰ ਰੱਖਤਾ ਫਰਿੱਜ ਦੇ ਉੱਤੇ ਤੇ ਸਾਹਮਣੇ ਖਲੋ ਕੇ ਕਹੀ ਜਾਂਦਾ ਮੈਂ ਦਵਾਈ ਤਾਂ ਖਾਣੀ ਜਦੋਂ ਬੁਖਾਰ ਲੱਥੇਗਾ, ਦਵਾਈ ਤਾਂ ਖਾਣੀ ਜਦੋਂ ਬੁਖਾਰ ਲੱਥੇਗਾ। ਕਹਿੰਦੇ ਇੱਦਾਂ ਨਹੀਂ, ਦਵਾਈ ਖਾਏਗਾ ਤਾਂ ਬੁਖਾਰ ਲੱਥੇਗਾ, ਇਸੇ ਤਰ੍ਹਾਂ ਮਨ ਜੁੜੇ ਤਾਂ ਬਾਣੀ ਪੜ੍ਹਨੀ ਨਹੀਂ, ਮਨ ਜੋੜਨ ਦੇ ਲਈ ਬਾਣੀ ਪੜ੍ਹਨੀ। ਜਦੋਂ ਮਨ ਜੁੜ ਗਿਆ ਫਿਰ ਤੇ ਹੋਰ ਬਖਸ਼ਿਸ਼ਾਂ ਨੇ। ਇਹ ਮੇਰੀ ਬੇਨਤੀ ਹੈ ਭਾਈ, ਅੱਜ ਬਾਬਾ ਆਨੰਦ ਸਿੰਘ ਸਾਹਿਬ ਦੀ, ਬਾਬਾ ਈਸ਼ਰ ਸਿੰਘ ਸਾਹਿਬ ਦੀ, ਮਹਾਂਪੁਰਖਾਂ ਦੀ ਰੰਗ ਰਤੜੀਆਂ ਰੂਹਾਂ ਦੀ ਯਾਦ ਦੇ ਵਿੱਚ ਤੁਸੀਂ ਜੁੜੇ ਹੋ। ਅੱਜ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਦਾ, ਸ਼ਰਧਾ ਦਾ ਕੋਈ ਨਾ ਕੋਈ ਕਿਣਕਾ ਜ਼ਰੂਰ ਲੈ ਕੇ ਜਾਇਓ। ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ, ਕਹਿੰਦੇ ਫੜ ਲੈ ਪੱਲਾ ਨਾਮ ਜਪਣ ਵਾਲਿਆਂ ਦਾ, ਫੜ ਲੈ ਪੱਲਾ ਬੰਦਗੀ ਕਰਨ ਵਾਲਿਆਂ ਦਾ, ਉਹਨਾਂ ਦੇ ਬਚਨਾਂ ਨੂੰ ਕਮਾਉਣਾ ਉਹਨਾਂ ਦਾ ਪੱਲਾ ਫੜਨਾ, ਉਹਨਾਂ ਦੀ ਸੰਗਤ ਕਰਨੀ ਉਹਨਾਂ ਦਾ ਪੱਲਾ ਫੜਨਾ। ਕਹਿੰਦੇ ਤੂੰ ਉਹਨਾਂ ਦਾ ਪੱਲਾ ਫੜ ਲੈ, ਤੇਰਾ ਉਧਾਰ ਨਹੀਂ ਤੇਰੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਏਗਾ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦਰਬਾਰ ਕਰਵਾਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274004006
ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।